ਦੀ ਐਸੋ ਸਬਦ ਵਿਚਾਰਾ ਨੰਦੀ ਐਸੋ ਸਬਦ ਵਿਚਾਰਾ ਜੁੰਹੇਮ ਵਰਸੈ ਰਤ ਭਾ ਮਨ ਵੀ ਐਸੋ ਸਬਦ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੁਕਰ ਵਾਹਿਗੁਰੂ ਜੀ ਦਾ ਆਓ ਕਰੀਏ ਦੀਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 432 ਦੇ ਉਪਰੰਕਿਤ ਆਸਾ ਰاگ ਦੇ ਵਿੱਚ ਪੱਟੀ ਨਾਮ ਦੀ ਬਾਣੀ ਸ਼ੁਰੂ ਹੋ ਰਹੀ ਹੈ ਪੱਟੀ ਹੁੰਦਾ ਹੈ ਜਦੋਂ ਆਪਾਂ ਸਕੂਲ ਜਾਂਦੇ ਸੀ ਉੱਥੇ ਪੱਟੀ ਲਿਖੀ ਜਾਂਦੀ ਸੀ ਆਪਾਂ ਉਹਨੂੰ ਪੰਜਾਬ ਵਿੱਚ ਪੱਟੀ ਕਹਿੰਦੇ ਸੀ ਉੰਜ ਪੱਟੀ ਕਿਹਾ ਜਾਂਦਾ ਉਹਦੇ ਤੇ ਆਪਾਂ 35 ਅੱਖਰ ਲਿਖਦੇ ਸੀ ਤੇ ਉਸ ਵੇਲੇ ਜਿਹੜੇ 35 ਅੱਖਰ ਚੱਲਦੇ ਸੀ ਉਹਨਾਂ ਇੱਕ ਇੱਕ ਅੱਖਰ ਦੇ ਨਾਲ ਇੱਕ ਇੱਕ ਉਪਦੇਸ਼ ਦਿੱਤਾ ਗਿਆ ਇਹਦੇ ਵਿੱਚ 35 ਪਦਿਆਂ ਦੀ ਇਹ ਬਾਣੀ ਹੈ ਆਓ ਸਿੱਖਣ ਦਾ ਯਤਨ ਕਰੀਏ ਜੀ ਅਰਾਗ ਅਸਾ ਮਹਲਾ ਪਹਿਲਾ ਪੱਟੀ ਲਿਖੀ ਅਸਰ ਆਗੈ ਗੁਰਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤੇ ਹੋਈ ਇਹ ਬਾਣੀ ਹੈ ਪੱਟੀ ਇਹਦਾ ਸਲੇਖ ਹੈ ਪੱਟੀ ਲਿਖੀ ਭਾਵ ਵਾਹਿਗੁਰੂ ਜੀ ਦੀ ਸਿਫਤ ਸਲਾਗਾ ਦੇ ਵਿੱਚ 35 ਪਦਿਆਂ ਦੀ ਬਾਣੀ ਲਿਖੀ ਗਈ ਜਿਹਦਾ ਨਾਮ ਹੈ ਪੱਟੀ ਇੱਕ ਓੰਕਾਰ ਸਤਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਹੈ ਸਤਗੁਰ ਸਰੂਪ ਜੋ ਸੱਚਾ ਗਿਆਨ ਹੈ ਉਸਨੂੰ ਜਦੋਂ ਅਸੀਂ ਮੰਨਾਂਗੇ ਗੁਰੂ ਦੇ ਉਪਦੇਸ਼ਾਂ ਨੂੰ ਮੰਨਾਂਗੇ ਉਸ ਦੀ ਕਿਰਪਾ ਹੋਏਗੀ ਤੇ ਫਿਰ ਮਹਿਸੂਸ ਹੋਏਗਾ ਵਾਹਿਗੁਰੂ ਜੀ ਹਰ ਥਾਂ ਤੇ ਹਾਜ਼ਰ-ਨਾਜ਼ਰ ਨੇ ਸੱਚਾ ਗਿਆਨ ਬਣ ਕੇ ਗੁਣ ਬਣ ਗੁਣ ਬਣ ਕੇ ਨਿਜ਼ਮ ਬਣ ਕੇ ਹਰ ਥਾਂ ਤੇ ਹਾਜ਼ਰ-ਨਾਜ਼ਰ ਨੇ ਉਸ ਵੇਲੇ ਜਿਹੜਾ ਪਹਿਲਾ ਅੱਖਰ ਸੀ ਉਹ ਸ ਸ ਮੰਨਿਆ ਜਾਂਦਾ ਸੀ ਤੇ ਸ ਸ ਅੱਖਰ ਤੋਂ ਪਹਿਲਾ ਉਪਦੇਸ਼ ਦੇ ਰਹੇ ਨੇ ਸ ਸ ਸੋਏ ਸ੍ਰੇਸ਼ਟ ਜਨ ਸਾਜੀ ਸਭਨਾ ਸਾਹਿਬ ਏਕ ਭਇਆ ਸਭਨਾ ਸਾਹਿਬ ਏਕ ਭਇਆ ਸਸਾ ਅੱਖਰ ਤੋਂ ਦੱਸ ਰਹੇ ਨੇ ਸੋਏ ਉਹ ਵਾਹਿਗੁਰੂ ਜੀ ਉਹ ਪ੍ਰਭੂ ਸ੍ਰਿਸ਼ਟੀ ਜਨ ਸਾਜੀ ਜਿਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਉਹ ਸਭਨਾ ਸਾਹਿਬ ਸਾਰਿਆਂ ਦਾ ਮਾਲਕ ਹੈ ਇੱਕੋ ਇੱਕ ਮਾਲਕ ਹੈ ਉਹ ਸਾਰਿਆਂ ਤੇ ਆਪਣਾ ਉਹਨਾਂ ਦਾ ਨਿਜ਼ਮ ਚੱਲਦਾ ਸਾਰੇ ਉਹਦੇ ਨਿਜ਼ਮ ਵਿੱਚ ਚੱਲ ਰਹੇ ਨੇ ਸੇਵਤ ਰਹੇ ਜਿਤ ਜਨ ਕਾ ਲਾਗਾ ਆਇਆ ਤੈਨ ਕਾ ਸਫਲ ਭਇਆ ਜਿਹੜੇ ਉਸ ਪ੍ਰਭੂ ਨੂੰ ਯਾਦ ਰੱਖਦੇ ਨੇ ਸਮਰਪਿਤ ਹੁੰਦੇ ਨੇ ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਭੈ ਭਾਵਨੀ ਵਿੱਚ ਜਿਉਂਦੇ ਨੇ ਜਿਹੜੇ ਵਾਹਿਗੁਰੂ ਜੀ ਦੇ ਰੱਬੀ ਉਪਦੇਸ਼ਾਂ ਨੂੰ ਜ਼ਿੰਦਗੀ ਵਿੱਚ ਜਿਉਂਦੇ ਨੇ ਜਿਨ੍ਹਾਂ ਦੇ ਚਤਬਨੀ ਦੇ ਵਿੱਚ ਚੇਤੇ ਦੇ ਵਿੱਚ ਹਰ ਵੇਲੇ ਪ੍ਰਭੂ ਦੇ ਮਲਾਪ ਦੀ ਇੱਕ ਤਾਂਗ ਹੈ ਲਗਨ ਹੈ ਲਵ ਹੈ ਜਿਨ੍ਹਾਂ ਦਾ ਚਿੱਤ ਲੱਗ ਗਿਆ ਇਸ ਪਾਸੇ ਜਿਹੜੇ ਸੋਚਦੇ ਨੇ ਹਰ ਵਰਤਾਰੇ ਵਿੱਚੋਂ ਮੈਨੂੰ ਸੱਚੇ ਗਿਆਨ ਦੇ ਰੂਪ ਵਿੱਚ ਰੱਬ ਦੇ ਦੀਦਾਰ ਹੋ ਜਾਣ ਹਰ ਇੱਕ ਦੇ ਵਿੱਚੋਂ ਮੈਂ ਗੁਣੀ નિਧਾਨ ਵਾਹਿਗੁਰੂ ਜੀ ਨੂੰ ਗੁਣਾ ਦੇ ਰੂਪ ਵਿੱਚ ਇਹ ਚਲਕਾਂ ਦੇਖਦਾ ਰਹਾ ਮਹਿਸੂਸ ਕਰਦਾ ਰਹਾ ਜਿਦੇ ਕੋਲ ਵੀ ਕੋਈ ਗੁਣ ਹੈ ਕੋਈ ਕਲਾ ਹੈ ਕੋਈ ਟੈਲੈਂਟ ਹੈ ਇਕ ਕਰਤਾ ਪੁਰਖ ਦੀ ਚਲਕ ਹੈ ਇਹ ਗੁਣੀ ਨਿਧਾਨ ਦੇ ਗੁਣਾ ਦੀ ਚਲਕ ਹੈ ਜਿਸ ਨੂੰ ਇਹ ਹਰ ਵੇਲੇ ਅੰਦਰ ਚਿਤਵਨੀ ਬਣ ਗਈ ਅੰਦਰ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ ਬਣ ਗਿਆ ਜਿਹਨੂੰ ਹਰ ਵੇਲੇ ਮਹਿਸੂਸ ਹੁੰਦਾ ਤਿੰਨ ਕਾ ਸਫਰ ਆਇਆ ਤਿੰਨ ਕਾ ਸਫਲ ਪਾਇਆ ਤਿੰਨ ਕਾ ਉਹਨਾਂ ਦਾ ਆਇਆ ਹੋਇਆ ਇਥੇ ਨੰਨੇ ਦੇ ਪੈਰ ਵਿੱਚ ਜੋ ਹੈ ਇਹਨੂੰ ਧਿਆਨ ਰੱਖਿਓ ਆਮ ਤੌਰ ਤੇ ਪੰਜਾਬੀ ਦੇ ਵਿੱਚ ਪੈਰ ਦੇ ਵਿੱਚ ਰਾਰਾ ਹੁੰਦਾ ਹੈ ਪੈਰ ਵਿੱਚ ਹਾ ਹਾ ਹੁੰਦਾ ਹੈ ਪੈਰ ਵਿੱਚ ਵਾ ਵਾ ਹੁੰਦਾ ਹੈ ਉਹ ਜਿਹੜਾ ਪੈਰੀ ਅੱਖਰ ਲੱਗਦਾ ਹੈ ਉਹਦੀ ਅੱਧੀ ਆਵਾਜ਼ ਹੁੰਦੀ ਹੈ ਇੱਕ ਨੁਕਤਾ ਹੋਰ ਹੁੰਦਾ ਹੈ ਜਿਹੜਾ ਪੈਰੀ ਅੱਖਰ ਹੁੰਦਾ ਹੈ ਉਹ ਜਿਸ ਅੱਖਰ ਦੇ ਪੈਰ ਵਿੱਚ ਲੱਗਿਆ ਹੋਇਆ ਹੈ ਉਸ ਅੱਖਰ ਨੂੰ ਜਿਹੜੀ ਮਾਤਰਾ ਹੁੰਦੀ ਹੈ ਨਾ ਉਹ ਪੈਰੀ ਲੱਗੇ ਹੋਏ ਅੱਖਰ ਨੂੰ ਚਲੀ ਜਾਂਦੀ ਹੈ ਉਦਾਹਰਨ ਵਜੋਂ ਕਕੇ ਨੂੰ ਸਿਹਾਰੀ ਰਾਰਾ ਪਪੇ ਨੂੰ ਕੰਨਾ ਇਹ ਬਣ ਗਿਆ ਕਿਰਪਾ ਤੇ ਜਿਹੜਾ ਰਾਰਾ ਪੈਰੀ ਲੱਗਿਆ ਹੋਵੇ ਆਵਾਜ਼ ਅੱਧੀ ਰਹਿ ਜੂ ਤੇ ਜਿਹੜੀ ਕੱਕੇ ਨੂੰ ਸਿਹਾਰੀ ਔਰਾਰੇ ਨੂੰ ਚਲੀ ਜਾਊ ਉਹ ਹੁੰਦਾ ਕਿਰਪਾ ਕਿਰਪਾ ਇੱਥੇ ਗੁਰਬਾਣੀ ਅੰਦਰ ਹਾ ਹਾ ਵੀ ਪੈਰੀ ਲੱਗਦਾ ਹੈ ਰਾਰਾ ਵੀ ਹੈ ਵਾਵਾ ਵੀ ਹੈ ਤੁਸੀਂ ਹੈਰਾਨ ਹੋਮੋਂਗੇ ਪਟਾਂ ਦੇ ਸਵਈਆਂ ਵਿੱਚ ਅੱਗੇ ਜਾ ਕੇ ਚੱਚਾ ਵੀ ਹੈ ਟੈਂਕਾ ਪੈਰੀ ਵੀ ਲੱਗਦਾ ਹੈ ਯਈਆ ਵੀ ਪੈਰੀ ਲੱਗਦਾ ਜਦੋਂ ਪੈਰੀ ਯਈਆ ਹੁੰਦਾ ਹੈ ਉਹ ਰਾਈਟ ਸਾਈਡ ਤੋਂ ਅੱਧਾ ਹੁੰਦਾ ਹੈ ਤੇ ਇਹ ਹਹਾ ਵਿਨਿਅ ਇਹ ਯਯਾ ਵਿਨਿਅ ਧਿਆਨ ਦੇਣਾ ਇਹ ਐਡਾ ਹੈ ਐਡਾ ਵੀ ਪੈਣਾ ਤਿੰਨ ਤਿੰਨ ਹੁਣ ਉਹ ਜਿਹੜਾ ਤਿੰਨ ਕਾ ਉਹਨਾਂ ਦਾ ਇੱਥੇ ਆਉਣਾ ਹੋਇਆ ਸਫਲ ਹੋ ਗਿਆ ਫਲ ਆ ਗਿਆ ਗੁਣਾ ਦਾ ਫਲ ਭਾਵਨਾ ਦਾ ਫਲ ਚੰਗੀ ਨੀਅਤ ਪਰਪਕਾਰ ਦੀ ਬਿਰਤੀ ਐਸਾ ਜੀਵਨ ਜਿਉਣਾ ਜੋ ਰੱਬ ਨੂੰ ਖੁਸ਼ ਕਰੇ ਫਲ ਆ ਗਿਆ ਇਹ ਪਹਿਲਾ ਅੱਖਰ ਸ ਸ ਤੋਂ ਉਪਦੇਸ਼ ਹੈ ਉਸ ਤੋਂ ਬਾਅਦ ਹੈ ਰਹਾਉ ਪਦਾ ਮਨ ਕਾਹੇ ਭੁੱਲੇ ਮੂੜ ਮਨਾ ਐ ਮੂਰਖ ਮਨਾ ਤੂੰ ਕਿਉਂ ਭੁੱਲਿਆ ਫਿਰ ਰਿਹਾ ਜਬ लेखा ਦੇਵੈ ਵੀਰਾ ਤਉ ਪੜਿਆ ਰਹਾਉ ਰਹਾਉ ਸੈਂਟਰਲ ਆਈਡੀਆ ਜਦੋਂ ਤੂੰ ਆਪਣੇ ਜੀਵਨ ਦਾ ਲੇਖਾ ਦੇਵੇਂਗਾ ਭਾਵ ਆਪਣੇ ਜੀਵਨ ਨੂੰ ਪਰਚੋਲੇਗਾ ਗੁਰੂ ਪਾਤਸ਼ਾਹ ਕੀ ਕਹਿ ਰਹੇ ਨੇ ਤੇ ਮੈਂ ਕਿਵੇਂ ਜਿਉ ਰਿਹਾ ਫਿਰ ਪਤਾ ਲੱਗੇਗਾ ਵੀਰਾ ਐ ਭਰਾਵਾ ਤੈਨੂੰ ਗਿਆਨ ਕਿੰਨਾ ਕਹ ਪੜਿਆ ਅਧ्यर्थ ਗਿਆਨ ਉਂਝ ਭਾਵੇਂ ਇਹ ਮਨ ਆਪਣੇ ਆਪ ਨੂੰ ਸਿਆਣਾ ਗਿਆਨਵਾਨ ਮੰਨਦਾ ਏ ਪਰ ਜਦੋਂ ਸੁਭਾਉ ਨੂੰ ਪਰਚੋਲਦਾ ਸੁਭਾਅ ਵਿੱਚ ਕਮਜ਼ੋਰੀਆਂ ਨੇ ਸੋਚ ਵਿੱਚ ਕਮਜ਼ੋਰੀਆਂ ਨੇ ਨਿੰਦਾ ਚੁਗਲੀ ਦੇ ਰਸ ਦੀ ਕਮਜ਼ੋਰੀ ਪਈ ਹੈ ਫਿਰ ਅੰਦਰ ਲੋਕਲਾਜ ਨੂੰ ਸਾਹਮਣੇ ਰੱਖ ਕੇ ਫੈਸਲੇ ਲੈਣੇ ਲੋਕਾਂ ਨੂੰ ਖੁਸ਼ ਕਰਨਾ ਫਿਰ ਗੁਮਾਨ ਬਖਾਵੇ ਦੀ ਕਮਜ਼ੋਰੀ ਪਈ ਹੈ ਲੋਕਾਂ ਤੇ ਪ੍ਰਭਾਵ ਪਾਉਣਾ ਵੀਰਾ ਇਹ ਪ੍ਰਭਾਵ ਜਦੋਂ ਤੂੰ ਆਪਣੇ ਸੋਚ ਸੁਭਾਅ ਨੂੰ ਪਰਚੋਲੇਗਾ ਨਾ ਲਿਖਾ ਦੇਂਗਾ ਫਿਰ ਪਤਾ ਲੱਗੇਗਾ ਤੂੰ ਕਿੰਨਾ ਇੱਕ ਗਿਆਨਵਾਨ ਹੈ ਰਹਾਉ ਸੈਂਟਲ ਆਈਡੀ ਹੁਣ ਅਗਲਾ ਅੱਖਰ ਸ ਸੇ ਤੋਂ ਬਾਅਦ ਈ ੜੀ ਈਡੀ ਆਦਪੁਰਖ ਹੈ ਦਾਤਾ ਆਪੇ ਸੱਚਾ ਸੋਈ ਈਡੀ ਅੱਖਰ ਤੋਂ ਕਹਿ ਰਹੇ ਨੇ ਜੋ ਆਦਪੁਰਖ ਹੈ ਉਹ ਸ਼ਕਤੀ ਜਿਸ ਸ਼ਕਤੀ ਨੇ ਸਾਰੀਆਂ ਨੇਚਰਲ ਫੋਰਸਸ ਕੁਦਰਤ ਦੀਆਂ ਸ਼ਕਤੀਆਂ ਨੂੰ ਕੰਟਰੋਲ ਵਿੱਚ ਰੱਖਿਆ ਹੋਇਆ ਹਵਾ ਵਿੱਚ ਵੀ ਸ਼ਕਤੀ ਹੈ ਉਹ ਜਦੋਂ ਹਵਾ ਬੂਟੇ ਨੂੰ ਲੱਗਦੀ ਹੈ ਉਹਨੂੰ ਫੁੱਲ ਲੱਗਦੇ ਨੇ ਹਵਾ ਗਰਮ ਆਉਂਦੀ ਹੈ ਫਲ ਪੱਕ ਜਾਂਦੇ ਨੇ ਪਾਣੀ ਵਿੱਚ ਵੀ ਸ਼ਕਤੀ ਹੈ ਪਾਣੀ ਬੂਟੇ ਨੂੰ ਖੁਰਾਕ ਦਿੰਦਾ ਹੈ ਮਿੱਟੀ ਵਿੱਚ ਸ਼ਕਤੀ ਹੈ ਬੀਜ ਵਿੱਚੋਂ ਬੂਟਾ ਨਿਕਲਦਾ ਹੈ ਧੁੱਪ ਵਿੱਚ ਵੀ ਸ਼ਕਤੀ ਹੈ ਧੁੱਪ ਉਸ ਨੂੰ ਤਾਕਤ ਦਿੰਦੀ ਹੈ ਹੁਣ ਇਹਨਾਂ ਸ਼ਕਤੀਆਂ ਨੂੰ ਕੋਈ ਤਾਂ ਸ਼ਕਤੀ ਕੰਟਰੋਲ ਕਰ ਰਹੀ ਹੈ ਉਹਨੂੰ ਆਦਪੁਰਖ ਕਿਹਾ ਹੈ ਤੇਰਾ ਗ੍ਰਹਿ ਚੱਲ ਰਹੇ ਨੇ ਪਲੈਨੈਟਸ ਚੱਲ ਰਹੇ ਨੇ ਧਰਤੀ ਖੁਦ ਆਪਣੇ ਦੁਆਲੇ ਘੁੰਮੀ ਜਾਂਦੀ ਹੈ ਘੁੰਮਦੀ ਘੁੰਮਦੀ 24 ਘੰਟਿਆਂ ਚ ਇੱਕ ਚੱਕਰ ਪੂਰਾ ਕਰ ਲੈਂਦੀ ਐ ਇਦਾਂ ਘੁੰਮ ਕੇ ਫਿਰ ਘੁੰਮਦੀ 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 ਇਦਾਂ ਕਰਕੇ ਸੂਰਜ ਦੇ ਦੁਆਲੇ ਵੀ ਘੁੰਮ ਜਾਂਦੀ ਐ ਤੇ ਸੂਰਜ ਦੇ ਦੁਆਲੇ ਘੁੰਮਦਿਆਂ 365 ਦਿਨ ਤੇ 6 ਘੰਟੇ ਲਾ ਦਿੰਦੀ ਐ ਕੰਨੀ ਤਰਤੀ ਨਹੀਂ ਕੋਮਰੀ ਬਾਕੀ ਪਲੈਨੈਟਸ ਵੀ ਚੱਲ ਰਹੇ ਨੇ ਕੋਈ ਤਾਂ ਹੈ ਜਿਹੜਾ ਇਹਨਾਂ ਨੂੰ ਕੰਟਰੋਲ ਕਰ ਰਿਹਾ ਜਿੰਨੀਆਂ ਵੀ ਕੁਦਰਤੀ ਸ਼ਕਤੀਆਂ ਨੇ ਉਹਨਾਂ ਨੂੰ ਕੰਟਰੋਲ ਕਰਨ ਵਾਲਾ ਉਹਨਾਂ ਨੂੰ ਪੈਦਾ ਕਰਨ ਵਾਲੀ ਸ਼ਕਤੀ ਉਹਨੂੰ ਕਿਹਾ ਆਦਪੁਰਖ ਉਹ ਸ਼ਕਤੀ ਹੀ ਦਾਤਾ ਹੈ ਨਿਜ਼ਮ ਰਾਹੀਂ ਕਿੰਨਾ ਕੁਝ ਦੇ ਰਹੀ ਹੈ ਸੱਚਾ ਸੋਈ ਉਸ ਦੀ ਵੀ ਹੈ ਇਹਨਾ ਅੱਖਰਾਂ ਮਹ ਜੋ ਗੁਰਮਖ ਬੂਝੈ ਤਿਸ ਸਰ ਲੇਖ ਨ ਹੋਈ ਇਹ ਪੜੇ ਹੋਏ ਅੱਖਰ ਤਾਂ ਸਫਲ ਨੇ ਜੇ ਇਹਨਾ ਅੱਖਰਾਂ ਰਾਹੀਂ ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ਾਂ ਨੂੰ ਸੋਚ ਸੁਭਾਅ ਉਤੇ ਲਾਗੂ ਕਰਕੇ ਜਿਉਣਾ ਆ ਗਿਆ ਤੇ ਫਿਰ ਵਾਹਿਗੁਰੂ ਜੀ ਨੂੰ ਹਾਜ਼ਰ-ਨਾਜ਼ਰ ਸਮਝ ਲਿਆ ਫਿਰ ਤੇਰੇ ਸਿਰ ਤੇ ਤੇਰੀ ਸੋਚ ਦਾ ਤੇਰੇ ਸੁਭਾਅ ਦਾ ਲੇਖਾ ਜੋਖਾਨੀ ਹੁੰਦਾ ਫਿਰ ਤੇਰੇ ਸੁਭਾਅ ਤੇ ਤੇਰੀ ਸੋਚ ਤੇ ਕੋਈ ਕਰਜ਼ਾ ਨਹੀਂ ਹੁੰਦਾ ਭਾਵ ਤੂੰ ਸੁਖੀ ਹੋਏਂਗਾ ਆਤਮਿਕ ਸੁਖ ਮਿਲੇਗਾ ਸੰਤੁਸ਼ਟੀ ਸਬਰ ਸ਼ੁਕਰਾਨਾ ਮਿਲੇਗਾ ਅੱਗੇ ਊੜਾ ਅਖਰ ਊੜਾ ਉਪਮਾ ਤਾਂ ਕੀ ਕੀ ਜੈ ਯਾ ਕਾ ਅੰਤਨਪਾਇ ਉੜਾਖਰਤ ਉਪਦੇਸ਼ ਦੇ ਰਹਿਨੇ ਜਿਸ ਵਾਹਿਗੁਰੂ ਜੀ ਦਾ ਕੋਈ ਭੇਦ ਨਹੀਂ ਪਾ ਸਕਦਾ ਜੋ ਬਿਆੰਤ ਨੇ ਪ੍ਰਭੂ ਜੀ ਉਹਨਾਂ ਦੇ ਗੁਣਾਂ ਦੀ ਸਿਫਤ ਸਲਾਗਾ ਕਰਨੀ ਚਾਹੀਦੀ ਹੈ ਉਹਨਾਂ ਦੇ ਨਿਜ਼ਮ ਦੀ ਸਿਫਤ ਸਲਾਗਾ ਕਰਨੀ ਚਾਹੀਦੀ ਹੈ ਉਹਦੀਆਂ ਬਖਸ਼ਿਸ਼ਾਂ ਦੀ ਸਿਫਤ ਸਲਾਗਾ ਕਰਨੀ ਚਾਹੀਦੀ ਹੈ ਰੱਬ ਦੇ ਉਪਦੇਸ਼ਾਂ ਦੀ ਵਡਿਆਈ ਕਰਨੀ ਚਾਹੀਦੀ ਹੈ ਜਦੋਂ ਅਸੀਂ ਰੱਬੀ ਉਪਦੇਸ਼ ਗੁਣ ਬਖਸ਼ਿਸ਼ ਨਿਜ਼ਮਾਂ ਦੀ ਵਡਿਆਈ ਕਰਾਂਗੇ ਉਹਦਾ ਦੂਸਰਾਂ ਤੇ ਪ੍ਰਭਾਵ ਪਵੇਗਾ ਉਹਦੀ ਵੈਲਿਊ ਸਮਝ ਆਏਗੀ ਤੇ ਜਦੋਂ ਉਪਮਾ ਕੀਤੀ ਜਾਂਦੀ ਹੈ ਸੇਵਾ ਕਰਾਂ ਸੇਈ ਫਲ ਪਾਵਾਂ ਜਿੰਨੀ ਸੱਚ ਕਮਾਇਆ ਫਿਰ ਉਹ ਰੱਬ ਨੂੰ ਸਮਰਪਿਤ ਹੋ ਕੇ ਜਿਉਂਦੇ ਨੇ ਰੱਬ ਨੂੰ ਸਮਰਪਿਤ ਹੋਣ ਦੇ ਅਰਥ ਨੇ ਰੱਬ ਦੀ ਬਣਾਈ ਹੋਈ ਦੁਨੀਆ ਕੁਦਰਤ ਸਮਾਜ ਦੇ ਭਲੇ ਲਈ ਕੁਝ ਕਰਦੇ ਨੇ ਇਹ ਸੇਵਾ ਹੈ ਰੱਬ ਦੀ ਸੇਵਾ ਫਲ ਕੀ ਮਿਲਦਾ ਹੈ ਉਹਨਾਂ ਨੂੰ ਚੰਗਾ ਸੁਭਾਅ ਚੰਗੀ ਸੋਚ ਫਰਬਕਾਰੀ ਵਰਤੀ ਸ਼ੁੱਧ ਜਸਵਾ ਲਗਨ ਇਹ ਉਹਦੀ ਕਮਾਈ ਹੈ ਉਹਦੇ ਗੁਣ ਹੀ ਅਸਲੀ ਕਮਾਈ ਹੈ ਜਿਸ ਨੂੰ ਆਪਾਂ ਅਰਦਾਸ ਦੇ ਦੂਸਰੇ ਪੈਰਾਗ੍ਰਾਫ ਵਿੱਚ ਯਾਦ ਕਰਦੇ ਹਾਂ ਤਿੰਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ ਅੱਗੇ ਅੰੰਗਾ ਅਖਰ ਨੰਗੇ ਗਿਆਨ 부ਜ ਜੋ ਕੋਈ ਪੜਿਆ ਪੰਡਿਤ ਸੋਈ ਗੰਗਾ ਅਖਰ ਤੋਂ ਕਹਿ ਰਹੇ ਨੇ ਗਿਆਨ ਗਿਆਨ ਭਾਵ ਰੱਬ ਦੇ ਨਾਲ ਸਾਝ ਸੋਜੀ ਜਿਹਨੂੰ ਅਸਲੀ ਗਿਆਨ ਗਿਆਨ ਕੀ ਹੈ ਗੁਨਾ ਨੂੰ ਕਿਵੇਂ ਜਿਉਣਾ ਹੈ ਸੁਭਾਅ ਨੂੰ ਕਿਵੇਂ ਮੈਨੇਜ ਕਰਨਾ ਹੈ ਦੁੱਖਾਂ ਦੇ ਵਿੱਚ ਕਿਵੇਂ ਜੂਜਣਾ ਹੈ ਹਰ ਹਾਲਾਤ ਵਿੱਚ ਆਪਣੇ ਮਿਸ਼ਨ ਤੇ ਕਿਵੇਂ ਤੁਰਨਾ ਹੈ ਆਪਣੇ ਘਰ ਨੂੰ ਧਰਮਸ਼ਾਲਾ ਕਿਵੇਂ ਬਣਾਉਣਾ ਹੈ ਆਪਣੇ ਬੱਚਿਆਂ ਨੂੰ ਆਗਿਆਕਾਰੀ ਬਣਾਉਣ ਦੇ ਸੰਸਕਾਰ ਕਿਵੇਂ ਦੇਣੇ ਨੇ ਘਰ ਵਿੱਚ ਇੱਕ ਦੂਸਰੇ ਦੀ ਭਾਵਨਾ ਨੂੰ ਸਮਝ ਕੇ ਇੱਕ ਦੂਸਰੇ ਦੀ ਭਾਵਨਾ ਦਾ ਸਤਕਾਰ ਕਿਵੇਂ ਕਰਨਾ ਹੈ ਜਿਹੜਾ ਇਸ ਗਿਆਨ ਨੂੰ বুঝ ਗਿਆ ਸਮਝ ਗਿਆ ਉਹ ਅਸਲੀ ਪੜਿਆ ਹੈ ਉਹੀ ਅਸਲੀ ਗਿਆਨवान ਹੈ ਪੰਡਿਤ ਦੇ ਅਰਥ ਆਮ ਤੌਰ ਤੇ ਵਿਦਵਾਨ ਹੁੰਦਾ ਹੈ ਪਰ ਇੱਥੇ ਪੰਡਿਤ ਦੇ ਅਰਥ ਹੈ ਗਿਆਨवान ਅਸਲੀ ਗਿਆਨੀ ਹੈ ਸਰਬ ਜੀਆ ਮਹਿ ਇੱਕ ਹੋ ਜਾਣਾ ਤਾਂ ਹਉ ਮੈਂ ਕਹਿ ਨ ਕੋਈ ਜਿਹਨੂੰ ਇਹ ਗੱਲ ਸਮਝ ਲੱਗ ਗਈ ਤੁਹਾਨੂੰ ਪਤਾ ਲੱਗ ਜਾਂਦਾ ਹੈ ਮਹਿਸੂਸ ਹੁੰਦਾ ਹੈ ਸੋਝੀ ਆ ਜਾਂਦੀ ਹੈ ਕਿ ਹਰ ਇੱਕ ਦੇ ਅੰਦਰ ਵਾਹਿਗੁਰੂ ਜੀ ਦੀ ਜੋਤ ਹੈ ਹਰ ਇੱਕ ਦੇ ਉੱਪਰ ਰੱਬ ਦਾ ਨਿਜ਼ਮ ਚੱਲ ਰਿਹਾ ਹੈ ਜਿਉ ਜੋ ਕਿਸੇ ਦੀ ਭਾਵਨਾ ਹੈ ਜਿਉ ਜੋ ਸੋਚ ਹੈ ਜਿਉ ਜੋ ਨੀਤ ਹੈ ਉਹ ਹੀ ਜਿਹਦਾ ਜੀਵਨ ਚੱਲ ਰਿਹਾ ਹੈ ਵਾਹਿਗੁਰੂ ਜੀ ਦੀ ਬਖਸ਼ਿਸ਼ ਜਦੋਂ ਹੁੰਦੀ ਹੈ ਉਹ ਸਾਡੇ ਤੋਂ ਸੇਵਾਵਾਂ ਕਰਵਾਉਂਦੇ ਨੇ ਜਦੋਂ ਵਾਹਿਗੁਰੂ ਜੀ ਖੁਸ਼ ਹੁੰਦੇ ਨੇ ਸਾਡੇ ਤੇ ਸਾਡੀ ਸੋਚ ਸੁਭਾਅ ਦੀ ਦਿਸ਼ਾ ਸਹੀ ਪਾਸੇ ਹੁੰਦੀ ਹੈ ਅਸੀਂ ਪੋਜ਼ਿਟਿਵਿਟੀ ਵੱਲ ਵੱਧਦੇ ਹਾਂ ਅਸੀਂ ਸ਼ੁਕਰਾਨੇ ਦੀ ਭਾਵਨਾ ਵਿੱਚ ਜਿਉਂਦੇ ਹਾਂ ਵਾਇਗੁਰੂ ਜੀ ਨੂੰ ਗੁਰੂ ਪਿਤਾ ਜੀ ਨੂੰ ਸਮਰਪਿਤ ਹੋ ਕੇ ਆਪਾ ਵਾਰ ਕੇ ਅਸੀਂ ਕੌਮ ਦੀ ਸੇਵਾ ਕਰਦੇ ਹਾਂ ਤੇ ਜੇ ਸਭ ਕੁਝ ਵਾਇਗੁਰੂ ਜੀ ਕਰਾ ਰਹੇ ਨੇ ਆਪਣੇ ਨਿਜ਼ਮ ਵਿੱਚ ਕਰਾ ਰਹੇ ਨੇ ਆਪਣੀ ਬਖਸ਼ਿਸ਼ ਦੇ ਕੇ ਕਰਾਣੇ ਫਿਰ ਹਉਮੈ ਕਾਦੀ ਗੁਮਾਨ ਕਾਦਾ ਫਿਰ ਅੰਦਰ ਹਉਮੈ ਨਹੀਂ ਹੁੰਦੀ ਗੰਗਾ ਕਰ ਤੋਂ ਗਿਆਨ ਸਾਨੂੰ ਸੋਝੀ ਦਿੱਤੀ ਉਪਦੇਸ਼ ਦਿੱਤਾ ਅੱਗੇ ਕੱਕਾ ਕੱਕਾ ਕੇਸ ਪੁੰਡਰ ਜਦ ਹੂਏ ਵੇਣ ਸਾ ਬੂਣਾ ਉਹ ਜਲਿਆ ਪੁੰਡਰ ਇਹ ਸ਼ਬਦ ਭਗਤ ਨਾਮਦੇਵ ਜੀ ਨੇ ਵੀ ਵਰਤਿਆ ਪਹਿਲ ਪੂਰੀਏ ਪੁੰਦਰ ਕਵਨਾ ਪੁੰਦਰਕ ਸ਼ਬਦ ਜਾਂ ਪੁੰਦਰ ਸ਼ਬਦ ਪੁੰਡਰੀਕ ਤੋਂ ਆਇਆ ਹੈ ਪੁੰਡਰੀਕ ਹੁੰਦਾ ਚਿੱਟੇ ਰੰਗ ਦਾ ਕਮਲ ਫੁੱਲ ਇੱਥੇ ਇਹਨੂੰ ਉਦਾਹਰਣ ਵਜੋਂ ਵਰਤਿਆ ਗਿਆ ਜਿਵੇਂ ਚਿੱਟੇ ਰੰਗ ਦੇ ਕਮਲ ਫੁੱਲ ਵਾਂਗ ਕੇਸ ਚਿੱਟੇ ਹੋ ਗਏ ਭਾਵ ਡੇ ਪਾ ਗਿਆ ਬਿਨ ਸਾਬੂਨ ਐ ਉਜਲੇ ਬਿਨਾ ਸਾਬਣ ਲਾਇਆ ਉਜਲੇ ਸਫੈਦ ਕੇਸ ਹੋ ਗਏ ਭਾਵ ਉਹ ਤਾਂ ਮੌਤ ਦੇ ਨੇੜੇ ਪਹੁੰਚ ਗਿਆ ਜਮ ਰਾਜੇ ਕੇ 헤ਰੂ ਆਏ ਮਾਇਆ ਕੈ ਸੰਗਲ ਬੰਧ ਲਿਆ ਜਮ ਰਾਜੇ ਕੇ 헤ਰੂ ਆਏ ਦੇ ਅਰਥ ਹੈ ਮੌਤ ਆ ਗਈ। ਇਹਨ ਮੌਤ ਦਾ ਫਰਿਸ਼ਤਾ ਵੀ ਕਹਿੰਦੇ ਆ। ਹੁਣ ਮਰਨ ਕਿਨਾਰੇ ਬੈਠਾ ਏ ਬਡੇਪੇ ਵਿੱਚ ਪਹੁੰਚ ਗਿਆ ਹਲੇ ਵੀ ਨਿੰਦਾ ਚੁਗਲੀ ਦੇ ਰਸ ਦੀ ਮਾਇਆ ਅੰਦਰ ਬੈਠੀ ਹੈ। ਲੋਕ ਲਾਜ ਗੁਮਾਨ ਵਿਖਾਵਾ ਚੁਸ ਚਲਾਕੀਆਂ ਸਵਾਰਥੀ ਸੋਚ अपना स्वार्थ पूरा ਕਰਨ ਵਾਸਤੇ ਚਾਪ ਰੂਸੀਆਂ ਕਰਨੀ ਆ ਇਹ ਅੰਦਰ ਰੋਂਗ ਅਟੈਂਸ਼ਨ ਰੂਪੀ ਮਾਇਆ ਦੇ ਸੰਗਲ ਨੇ ਬੰਨਿਆ ਹੋਇਆ ਭਾਵ ਮਰਨ ਕਿਨਾਰੇ ਪਹੁੰਚ ਗਿਆ ਹਲੇ ਵੀ ਆਦਤਾਂ ਛੱਡਦਾ ਨਹੀਂ ਆਖੋ ਵਾਹਿਗੁਰੂ ਕੱਕਾ ਅੱਖਰ ਤੋਂ ਉਪਦੇਸ਼ ਦਿੱਤਾ ਖਖਾ ਖੁੰਧਕਾਰ ਸ਼ਾਹ ਆलम ਘਰ ਖਰੀਦ ਜेन ਖਰਚ ਦੀਆ ਖੁੰਧਕਾਰ ਖੁਦਾਵੰਦਗਾਰ ਭਾਵ ਖੁਦਾ ਰੱਬ ਖਖਾ ਅੱਖਰ ਤੋਂ ਉਪਦੇਸ਼ ਦੇ ਰਹੇ ਨੇ ਕਿ ਰੱਬ ਵਾਹਿਗੁਰੂ ਜੀ ਖੁਦਾ ਉਹ ਸਾਡੇ ਪਾਤਸ਼ਾਹ ਨੇ ਆਲਮ ਸਾਡੇ ਮਾਲਕ ਨੇ ਕਰ ਖਰੀਦ ਉਹਦੇ ਤੋਂ ਵਣਜ਼ ਕਰ ਰੱਬ ਦੇ ਗੁਣਾ ਨੂੰ ਆਪਣੇ ਅੰਦਰ ਲਿਆ ਰੱਬ ਦੇ ਨਿਜ਼ਮ ਵਿੱਚ ਜਿਉਣਾ ਸਿੱਖ ਰੱਬੀ ਉਪਦੇਸ਼ ਨੂੰ ਖਰੀਦ ਕਿੱਥੋਂ ਮਿਲਣਗੇ ਗੁਰੂ ਪਿਤਾ ਜੀ ਤੋਂ ਜਿੰਨ ਖਰਚ ਦੀ ਆ ਇਥੇ ਖਰਚ ਦੀ ਆਦੇ ਅਰਥ ਹੈ ਜਿਸ ਰੱਬ ਨੇ ਜੋ ਰੱਬ ਪਾਤਸ਼ਾਹ ਹੈ ਮਾਲਕ ਹੈ ਜਿਸ ਨੇ ਸਾਨੂੰ ਰਿਜ਼ਕ ਦਿੱਤਾ ਹੈ ਜਿਸ ਨੇ ਸਾਨੂੰ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਦਿੱਤੀਆਂ ਨੇ ਜਿਸ ਵਾਹਿਗੁਰੂ ਜੀ ਨੇ ਸਭ ਕੁਝ ਦਿੱਤਾ ਹੈ ਉਹਦੇ ਗੁਣਾ ਨੂੰ ਉਹਦੇ ਉਪਦੇਸ਼ ਦਾ ਸੌਦਾ ਖਰੀਦ ਬੰਧਨ ਜਾ ਕੈ ਸਭ जग ਬੰਧਿਆ ਅਮਰੀਕਾ ਨਹੀਂ ਹੁਕਮ ਪਿਆ ਜਿਹਦੇ ਨਿਜ਼ਮ ਦੇ ਵਿੱਚ ਸਾਰਾ ਸੰਸਾਰ ਚੱਲ ਰਿਹਾ ਹੈ ਉਹਦੇ ਨਿਜ਼ਮ ਤੋਂ ਬਾਹਰ ਜਾ ਹੀ ਨਹੀਂ ਸਕਦਾ ਨਿਜ਼ਮ ਕੀ ਹੈ ਜਿਉ ਜੀ ਭਾਵਨਾ ਹੈ ਉਹ ਜੀ ਸੋਚ ਹੈ ਜਿਉ ਜ ਆ ਸੁਭਾਅ ਹੈ ਉਹ ਜੀ ਬੋਲ ਚਾਲ ਹੈ ਜੋ ਜੀਅ ਜਾ ਸੋਚ ਸੁਭਾਅ ਉਹ ਭਾਵਨਾ ਉਹ ਜੀਵਨ ਹੈ। ਜੋ ਜੀਵਨ ਹੈ ਉਹਦੇ ਕਰਮ ਨੇ, ਜੋ ਜੇ ਕਰਮਾਂ ਦੇ ਬੀਜ ਨੇ ਉਹ ਜੀਵਨ ਵਿੱਚ ਫਲ ਪ੍ਰਾਪਤ ਕਰਦਾ ਹੈ। ਵਦਨਿਜ਼ਮ ਚੱਲਦਾ ਹੈ। ਉਹਦੇ ਤੋਂ ਬਿਨਾਂ ਕਿਸੇ ਹੋਰ ਦਾ ਨਹੀਂ ਚੱਲ ਸਕਦਾ। ਅਸੀਂ ਮਿਹਨਤ ਕਰਨੀ ਹੈ, ਯਤਨ ਕਰਨੇ ਨੇ ਆਪਾ ਵਾਰਨ ਰਿਜ਼ਲਟ ਉਹਦੇ ਹੱਥ ਵਿੱਚ ਹੈ। ਅਮਰੀਕਾ ਨੇ ਹੁਕਮ ਪਾਇਆ ਕਿਸੇ ਹੋਰ ਦਾ ਨਹੀਂ ਚੱਲਦਾ। ਇਹ ਕਕਾਇ ਕਰਤੋਂ ਉਪਦੇਸ਼ ਦਿੱਤਾ ਗਿਆ ਗੱਗਾ ਗੋਏ ਗਾਏ ਜਨ ਛੋਡੀ ਗੱਲੀ गोविंद ਗਰਬ ਭਇਆ ਗੱਗਾ ਗੱਗਾ ਕਰਤੋਂ ਕਹਿ ਰਹੇ ਨੇ ਗੋਏ ਗਾਏ ਗੋਏ ਗਾਏ ਹੈ ਜਿਵੇਂ কুমਹਾਰ ਆਟਾ ਵਾਇਗਰੂ ਮਿੱਟੀ ਗੁੰਨ ਕੇ ਮਿੱਟੀ ਦਾ ਘੜਾ ਬਣਾ ਦਿੰਦਾ ਹੈ ਏਵੇਂ ਵਾਇਗਰੂ ਜੀ ਨੇ ਇਹ ਪੰਜ ਤਤਾਂ ਦੀ ਮਿੱਟੀ ਦਾ ਇਹ ਸਰੀਰ ਬਣਾ ਦਿੱਤਾ ਜਿਸ ਵਾਇਗਰੂ ਜੀ ਨੇ ਗੋਏ ਗਾਈ ਜੇ ਸਵਾਹੀ ਗੁਰੂ ਜੀ ਨੇ ਸਾਡੇ ਇਹ ਮਿੱਟੀ ਦੇ ਭਾਂਡੇ ਨੂੰ ਗੁੰਨ ਕੇ ਸਰੀਰ ਬਣਾ ਦਿੱਤਾ ਛੋਡੀ ਉਹਦੀ ਭਾਵਨਾ ਉਹਨੂੰ ਸਮਰਪਿਤ ਹੋਣਾ ਉਹਦੀ ਮਿੱਠੀ ਮਿੱਠੀ ਯਾਦ ਛੱਡ ਦਿੱਤੀ ਉਹਦੀ ਪੈ ਪਾਵਨੀ ਵਿੱਚ ਫੈਸਲੇ ਲੈਣੇ ਛੱਡ ਦਿੱਤੇ ਗੱਲੀ ਗੋਬਿੰਦ ਘਰ ਭਿਆ ਗੱਲਾਂ ਬਾਤਾਂ ਨਾਲ ਆਪਣੇ ਆਪ ਨੂੰ ਹੰਕਾਰ ਕਰਦਾ ਹੈ ਹੰਕਾਰ ਗੁਮਾਨ ਵਿੱਚ ਹੈ ਕਿ ਮੈਂ ਧਰਮੀ ਹਾਂ ਘੜ ਪਾਂਡੇ ਜਨ ਆਵੀ ਸਾਜੀ ਚਾੜਨ ਵਾਹ ਤਈ ਕੀਆ ਜਿਸ ਘਿਹਾਰ ਨੇ ਪਾਂਡੇ ਘੜੇ ਹੁੰਦੇ ਨੇ ਨਾ ਉਹਨੇ ਪਾਂਡਿਆਂ ਨੂੰ ਪਕਾਉਣ ਵਾਸਤੇ ਇੱਕ ਆਵੀ ਬਣਾਈ ਹੁੰਦੀ ਆਵਾ ਵੀ ਕਹਿੰਦੇ ਆ ਜਿਹਦੇ ਚ ਅੱਗ ਬਾਲੀ ਜਾਂਦੀ ਉਹਦੇ ਚ ਪਾਂਡਾ ਮਿੱਟੀ ਦਾ ਕੱਚਾ ਕੱਚੀ ਮਿੱਟੀ ਦਾ ਕੱਚਾ ਪਾਂਡਾ ਰੱਖ ਕੇ ਉਹਨੂੰ ਅੱਗ ਦੇ ਵਿੱਚ ਜਦੋਂ ਸੇਕ ਦੇ ਨਾਲ ਤਪਦਾ ਤੇ ਪੱਕਾ ਹੁੰਦਾ ਤੇ ਜਿਸ ਵਾਹਿਗੁਰੂ ਜੀ ਨੇ ਪੰਜ ਤਤਾਂ ਦੀ ਮਿੱਟੀ ਦਾ ਇਹ ਸਰੀਰ ਬਣਾਇਆ ਉਨੇ ਸਾਡੇ ਅੰਦਰ ਗੁਨਾ ਦਾ ਮਰਨਾ ਔਗਣਾਂ ਦੀ ਮੌਤ ਹੋ ਜਾਣੀ ਗੁਨਾ ਦਾ ਮਰ ਜਾਣਾ ਔਗਣ ਦਾ ਜਨਮ ਲੈਣਾ ਔਗਣ ਮਰ ਜਾਣਾ ਗੁਨਾ ਦਾ ਜਨਮ ਲੈਣਾ ਇਹ ਜਨਮ ਮਰਨ ਇੰਦਰ ਇੱਕ ਐਸੀ ਆਵੀ ਬਣਾ ਦਿੱਤੀ ਸਰੀਰੇ ਦੇ ਵਿੱਚ ਤਪਦਾ ਹੈ ਸ਼ੈਨਸ਼ੀਲਤਾ ਮਰ ਜਾਂਦੀ ਹੈ ਕ੍ਰੋਧ ਦਾ ਜਨਮ ਹੋ ਜਾਂਦਾ ਹੈ ਸਰੀਰ ਤਪਦਾ ਹੈ ਪਿਆਰ ਦੀ ਮੌਤ ਹੋ ਜਾਂਦੀ ਹੈ ਨਫਰਤ ਦਾ ਜਨਮ ਹੋ ਜਾਂਦਾ ਹੈ ਤਪਦਾ ਹੈ ਅੰਦਰੋਂ ਜੀਵਨ ਨਿਮਰਤਾ ਦੀ ਮੌਤ ਹੋ ਜਾਂਦੀ ਹੈ ਹੰਕਾਰ ਦਾ ਜਨਮ ਹੋ ਜਾਂਦਾ ਹੈ ਉਸ ਵਾਹਿਗੁਰੂ ਜੀ ਨੇ ਇਹ ਆਵੀ ਬਣਾਈ ਹੋਈ ਹੈ ਉਹਦਾ ਤਾਪ ਉਹਦੇ ਵਿੱਚੋਂ ਫਿਰ ਦੁੱਖ ਮਨੁੱਖ ਚੱਲਦਾ ਪਿਆ ਹੈ ਇਹ ਗੱਗੇ ਅੱਖਰ ਤੋਂ ਉਪਦੇਸ਼ ਦਿੱਤਾ ਗਿਆ ਘੱਗਾ ਕਾਲ ਸੇਵਕ ਜੇ ਕਾਲ ਹੈ ਸ਼ਬਦ ਗੁਰੂ ਕਹਿ ਲਾਗ ਰਹਿ ਘੱਗਾ ਅੱਖਰ ਤੋਂ ਕਹਿ ਰਹੇ ਨੇ ਅਗਰ ਕੋਈ ਸੇਵਕ ਬਣ ਜਾਵੇ ਗੁਰੂ ਦਾ ਚਾਕਰ ਰੱਬ ਦਾ ਚਾਕਰ ਰੱਬ ਦਾ ਚਾਕਰ ਬਣਨ ਵਾਸਤੇ ਰੱਬ ਦੀ ਬਣਾਈ ਦੁਨੀਆ ਦੇ ਭਲੇ ਲਈ ਆਪਾ ਵਾਰਨਾ ਪਵੇਗਾ ਗੁਰੂ ਪਿਤਾ ਜੀ ਦਾ ਚਾਕਰ ਬਣਨ ਵਾਸਤੇ ਗੁਰੂ ਪਿਤਾ ਜੀ ਦੀ ਗੁਰਬਾਣੀ ਗੁਰਮਤ ਦਾ ਵਿਰਸਾ ਗੁਰਮਤ ਦੇ ਸਿਧਾਂਤ ਆਪਣੀ ਜ਼ਿੰਦਗੀ ਜਿਉ ਨੇ ਆਪਣੇ ਘਰ ਵਿੱਚ ਆਪਣੇ ਬੱਚਿਆਂ ਵਿੱਚ ਤੇ ਹੋਰਨਾਂ ਨੂੰ ਬੰਨ੍ਹਣੇ ਕੰਮ ਦੀ ਚੜ੍ਹਦੀ ਕਲਾ ਦੇ ਲਈ ਆਪਾ ਵਾਰਨਾ ਜਿਹੜੇ ਸੇਵਕ ਬਣ ਕੇ ਇਹ ਮਿਹਨਤ ਕਰਦੇ ਨੇ ਸਖਤ ਮਿਹਨਤ ਕਰਦੇ ਨੇ ਆਪਾ ਵਾਰਦੇ ਨੇ ਘੱਗਾ ਕਾਲ ਸੇਵਕ ਜੇ ਕਾਲ ਹੈ ਉਹ ਗੁਰੂ ਪਾਤਸ਼ਾਹ ਦੇ ਜਿਹੜੇ ਉਪਦੇਸ਼ ਨੇ ਸ਼ਬਦ ਗੁਰੂ ਉਪਦੇਸ਼ ਦੀ ਲਾਣ ਲੱਗਦੇ ਨੇ ਭਾਵ ਉਪਦੇਸ਼ ਨੂੰ ਖਿੜੇ ਮੱਥੇ ਮੰਨਦੇ ਨੇ ਆਪਣੀ ਜ਼ਿੰਦਗੀ ਦੇ ਤਜਰਬਿਆਂ ਵਿੱਚ ਹੋਰਨਾਂ ਨੂੰ ਵੰਡਦੇ ਨੇ ਬੁਰਾ ਭਰਾ ਭਲਾ ਵਾਹਿਗੁਰੂ ਬੁਰਾ ਭਲਾ ਜੇ ਸਮ ਕਰ ਜਾਣਾ ਇਨ ਬਿਦ ਸਾਹਿਬ ਰਮਤ ਰਹਿ ਫਿਰ ਚਾਹੇ ਕੋਈ ਬੁਰਾ ਚਾਹੇ ਭਲਾ ਹੈ ਜਦੋਂ ਵੰਡਣਾ ਹੈ ਨਾ ਇਹ ਗੁਰਬਾਣੀ ਦਾ ਖਜ਼ਾਨਾ ਵੰਡਣਾ ਹੈ ਇਹ ਨਹੀਂ ਦੇਖਣਾ ਕਿਸੇ ਨੇ ਸਾਡੀ ਨਿੰਦਾ ਕੀਤੀ ਹੈ ਕਿਸੇ ਨੇ ਸਾਡਾ ਵਿਰੋਧ ਕੀਤਾ ਹੈ ਕਿਸ ਨੇ ਸਾਡੇ ਰਾਹ ਵਿੱਚ ਰੁਕਾਵਟਾਂ ਖੜੀਆਂ ਕੀਤੀਆਂ ਨੇ ਪਰਪਕਾਰ ਕਰਦੇ ਆ ਉਹਨਾਂ ਜੋ ਕੀਤਾ ਉਹਨਾਂ ਦੀ ਸੋਚ ਹੈ ਪਰਪਕਾਰ ਕਰਨਾ ਸਾਰਿਆਂ ਲਈ ਕਰਨਾ ਹੈ ਜੇ ਤੁਸੀਂ ਬੱਚਿਆਂ ਲਈ ਕੁਝ ਕਰਨਾ ਹੈ ਬੱਚਿਆਂ ਦੇ ਅੰਦਰ ਮਾਂ ਬੋਲੀ ਗੁਰੂ ਬੋਲੀ ਦੇ ਬੀਜ ਬੀਜਣੇ ਨੇ ਉਹਨਾਂ ਨੂੰ ਗੁਰੂ ਪਾਤਸ਼ਾਹ ਦੇ ਵਿਰਸੇ ਦੀਆਂ ਉੱਚ ਮਿਆਰੀ ਕਦਰਾਂ ਕੀਮਤਾਂ ਉਹਨਾਂ ਦੇ ਅੰਦਰ ਭਰਨੀਆਂ ਨੇ ਜੇ ਇਸ ਨੂੰ ਸੇਵਾ ਸਮਝ ਕੇ ਆਪਾ ਵਾਰ ਕੇ ਆਤਮ ਸਮਰਪਿਤ ਭਾਵਨਾ ਨਾਲ ਬੱਚਿਆਂ ਦੇ ਅੰਦਰ ਸੰਸਕਾਰ ਭਰਨੇ ਨੇ ਫਿਰ ਭਾਵੇਂ ਹੋ ਸਕਦਾ ਹੈ ਬੱਚੇ ਦੇ ਪਿਤਾ ਨੇ ਸਾਡੀ ਨਿੰਦਾ ਕੀਤੀ ਹੋਵੇ ਉਹਦੇ ਮਾਪਿਆਂ ਨੇ ਸਾਡਾ ਵਿਰੋਧ ਕੀਤਾ ਹੋਵੇ ਭਾਵੇਂ ਉਹਨਾਂ ਨੇ ਲੱਖ ਸਾਡੇ ਰਾਹ ਰੋਕੇ ਹੋਣ ਪਰ ਇਹੋ ਜੀਆਂ ਕਦੀ ਦੁਸ਼ਮਣੀਆਂ ਇਹੋ ਜੇ ਬੈਰ ਵਿਰੋਧ ਨਫ਼ਰਤ ਵਿੱਚ ਨਹੀਂ ਲੈ ਆਈਦੇ ਸੇਵਾ ਕਰਨ ਮਲੇ ਸੋਚਣਾ ਹੈ ਭਾਵੇਂ ਉਹਦੇ ਮਾਪਿਆਂ ਨੇ ਸਾਡਾ ਵਿਰੋਧ ਕੀਤਾ ਭਾਵੇਂ ਨਿੰਦਾ ਕੀਤੀ ਰਾਹ ਰੋਕੇ ਪਰ ਆਖਰਕਾਰ ਉਹਨਾਂ ਦੇ ਬੱਚੇ ਵੀ ਤਾਂ ਗੁਰੂ ਦੀ ਬਗੀਚੀ ਦੇ ਫੁੱਲ ਨੇ ਤੇ ਜੇ ਉਹ ਬੱਚੇ ਕਲਾਸਾਂ ਵਿੱਚ ਆਉਂਦੇ ਨੇ ਇਹ ਨਹੀਂ ਸੋਚਣਾ ਕਿ ਇਹਨਾਂ ਦੇ ਮਾਪਿਆਂ ਨਾਲ ਮੇਰੀ ਬੰਦੀ ਨਹੀਂ ਨਹੀਂ ਇਹ ਤਾਂ ਗੁਰੂ ਦੀ ਬਗੀਚੀ ਦੇ ਫੁੱਲ ਨੇ ਬੁਰਾ ਭਲਾ ਜੇ ਸਮ ਕਰ ਜਾਣਾ ਇਨਵੇਂ ਦਾ ਸਾਹਿਬ ਰਮਤ ਰਹਿ ਇਸ ਤਰੀਕੇ ਨਾਲ ਫਿਰ ਮਾਲਕ ਬਹੁਤ ਖੁਸ਼ ਹੁੰਦਾ ਏ ਮਨ ਮਾਲਕ ਦੇ ਪਿਆਰ ਵਿੱਚ ਭਿੱਜਿਆ ਰਹਿੰਦਾ ਏ ਫਿਰ ਮਾਲਕ ਆਪਣੀਆਂ ਸ਼ਕਤੀਆਂ ਵਰਤਾ ਕੇ ਗੁਰਮਖਾਂ ਦੇ ਲਈ ਰਾਹ ਖੋਲਦਾ ਏ ਚਚਾਏ ਚਾਰ ਵੇਦ ਜਿਨ ਸਾਜੇ ਚਾਰੇ ਖਾਣੀ ਚਾਰ ਜੁਗਾ ਚਚਾਏ ਅਖਰ ਤੋਂ ਕਹਿ ਰਹੇ ਨੇ ਇੱਕ ਪਾਸੇ ਸਾਨੂੰ ਇਦਾਂ ਲੱਗਦਾ ਏ ਕਿ ਰਿਸ਼ੀਆ ਮੁਨੀਆਂ ਨੇ ਚਾਰ ਵੇਦ ਉਚਾਰਨ ਕੀਤੇ ਪਰ ਨਹੀਂ ਇਹ ਰੱਬ ਦਾ ਖੇਲ ਹੈ ਰੱਬ ਦਾ ਨਿਜ਼ਮ ਹੈ ਉਹਨਾਂ ਦੇ ਅੰਦਰ ਲਗਨ ਜਾਗੀ ਜੋ ਉਹਨਾਂ ਨੂੰ ਤਜਰਬਾ ਆਇਆ ਉਹਨਾਂ ਨੇ ਧਾਰਮਿਕ ਗ੍ਰੰਥ ਰਚ ਦਿੱਤੇ ਇਹਦੇ ਪਿੱਛੇ ਤੇ ਸਾਰੀ ਸ਼ਕਤੀ ਵਾਹਿਗੁਰੂ ਜੀ ਦੀ ਚੱਲ ਰਹੀ ਹੈ ਰੱਬ ਦੀ ਚੱਲ ਰਹੀ ਹੈ ਚਾਰ ਖਾਣੀ ਚਾਰ ਤਰ੍ਹਾਂ ਦੇ ਨਾਲ ਜੀ ਪੈਦਾ ਹੁੰਦੇ ਨੇ ਇੱਕ ਮਾਤਾ ਦੇ ਗਰਭ ਵਿੱਚੋਂ ਪਸ਼ੂ ਮਨੁੱਖ ਆਪਾਂ ਇਹਨੂੰ ਜੇਰਜ ਕਹਿੰਦੇ ਨੇ ਗਰਭ ਵਿੱਚੋਂ ਪੈਦਾ ਹੋਣੇ ਆਪਾਂ ਉਹਦੇ ਵਿੱਚੋਂ ਇੱਕ ਹੁੰਦਾ ਅੰਡਿਆਂ ਚੋਂ ਪੈਦਾ ਹੋਣੇ ਪੰਛੀ ਨੇ ਜਾਨਵਰ ਨੇ ਥੇਰ ਤੀਜਾ ਹੈ ਉਤਪੁਜ ਬੀਜ ਬੀਜਿਆ ਜਾਂਦਾ ਹੈ ਉਹਦੀਆਂ ਕਰੰਬਲਾਂ ਨਿਕਲਦੀਆਂ ਭਾਵ ਉਤ ਉੱਪਰ ਨੂੰ ਭੁਜਾ ਬਾਹਾਂ ਉੱਪਰ ਨੂੰ ਬਾਹਾਂ ਕਰਕੇ ਪੈਦਾ ਹੋਣ ਵਾਲੀ ਬਨਸਪਤੀ ਜੇਰਜ ਅਭਾਇਗ੍ਰੂ ਸੇਤਜ ਸਿੱਤ ਜਿਹੰਦਾ ਮੈਲ ਪਸੀਨੇ ਤੋਂ ਜਾਂ ਹਵਾ ਤੋਂ ਆਪਣੇ ਆਪ ਬਣ ਜਾਣੇ ਦਹੀਂ ਦੇ ਵਿੱਚ ਬੈਕਟੀਰੀਆ ਬਣ ਜਾਂਦੇ ਨੇ ਆਪਣੇ ਆਪ ਹੀ بڑے ਹੋਰ ਜਾਨਵਰ ਨੇ ਗੰਡੋਏ ਨੇ ਮਿੱਟੀ ਦੇ ਵਿੱਚ ਪੈਦਾ ਹੁੰਦੇ ਨੇ ਆਪਣੇ ਆਪ ਇਹ ਚਾਰ ਤਰ੍ਹਾਂ ਦੀਆਂ ਜਿਹੜੀਆਂ ਖਾਣੀਆਂ ਜੀਵਾਂ ਦੀ ਉਤਪਤੀ ਹੁੰਦੀ ਹੈ ਚਾਰ ਤਰੀਕੇ ਜਿਹੜੇ ਨੇ ਇਹ ਵੀ ਉਸੇ ਰੱਬ ਦੇ ਪੈਦਾ ਕੀਤੇ ਹੋਏ ਨੇ ਚਾਰ ਯੁਗਾਂ ਭਾਵ ਹਰ ਵੇਲੇ ਉਹਦੀ ਸ਼ਕਤੀ ਚੱਲਦੀ ਹੈ ਉਹਦਾ ਨਿਜ਼ਮ ਚੱਲ ਰਿਹਾ ਹੈ ਯੁਗ ਯੁਗ ਜੋਗੀ ਖਾਣੀ ਭੋਗੀ ਪੜਿਆ ਪੰਡਤ ਆਪthia ਪੜਿਆ ਤਾਂ ਹੈ ਵਿਦਵਾਨ ਤਾਂ ਹੈ ਜੇ ਤੈਨੂੰ ਸਮਝ ਲੱਗ ਜਾਵੇ ਕਿ ਉਹ ਤਾਂ ਸਦਾ ਹੀ ਯੁਗ ਯੁਗ ਜੋਗੀ ਤੋਂ ਭਾਵ ਨਿਰਲੇਪ ਹੋ ਕੇ ਰੱਬ ਦੀ ਸ਼ਕਤੀ ਸਾਰੇ ਥਾਮਾਂ ਤੇ ਹੈ ਉਹਦਾ ਦਿੱਤਾ ਹੋਇਆ ਹੀ ਭੋਗ ਰਹੇ ਹਾਂ ਉਹਦੇ ਅੰਦਿਤੀਆਂ ਹੋਈਆਂ ਸੁਖ ਸਹੂਲਤਾ ਮੰਨ ਰਹੇ ਹਾਂ ਉਹਦੀ ਪੈ ਪਾਪ ਨਹੀਂ ਵਿਝਿਆਉਣਾ ਇਸ ਤਰ੍ਹਾਂ ਇਹ ਅੱਜ ਜੋ 432 ਅੰਗ ਦੇ ਉੱਪਰ ਪੱਟੀ ਨਾਮ ਦੀ ਬਾਣੀ ਜਿਹਦੇ ਚ 35 ਅਖਰੀ ਆਪਾਂ ਕਹਿ ਸਕਦੇ ਹਾਂ 20 ਅੱਖਰਾਂ ਦੇ ਨਾਲ 35 ਪਦਿਆਂ ਦੀ ਇਹ ਬਾਣੀ ਹੈ ਜਿਦੇ ਵਿੱਚੋਂ 9 ਪਦੇ ਸ ਸ ਈ ੜੀ ਊੜਾ ੰਘਾ ਕਕਾ ਖਖਾ ਗੱਗਾ ਘੱਗਾ ਤੇ ਫਿਰ ਚਚਾ ਇਹਨਾਂ 9 ਅੱਖਰਾਂ ਤੋਂ ਜਿਹੜੇ 9 ਉਪਦੇਸ਼ ਦਿੱਤੇ ਇਹ ਪੱਟੀ ਜਿਹੜੀ ਹੈ ਉਹ ਰੱਬ ਦੇ ਗੁਣਾ ਨਾਲ ਰੱਬੀ ਉਪਦੇਸ਼ ਤੇ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਭੈ ਭਾਵਨੀ ਨਾਲ ਜੋੜਨ ਵਾਸਤੇ ਹੈ ਇਸ ਲਈ ਇਹ ਸਤਿਗੁਰ ਸੱਚੇ ਪਾਤਸ਼ਾਹ ਨੇ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਪੱਟੀ ਨਾਮ ਦੀ ਬਾਣੀ ਦੇ ਅੱਜ ਆਪਾਂ ਨੌ ਪਦਿਆਂ ਦੀ ਵਿਚਾਰ ਕੀਤੀ ਹੈ ਕੱਲ ਨੂੰ ਫਿਰ 433 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ ਤੁਹਾਡੇ ਸਨ ਮੁਖਾਜ਼ਰ ਹੋਵਾਂਗਾ ਤਦ ਤੱਕ ਲਈ ਉਲਾਂ ਚੁਕਾ ਦੀ ਖੀਮਾ ਗੁਰੂ ਫਤਿਹ ਦੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਕੀ ਫਤਿਹ